सरकार मुर्दाबाद 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 पंजाब सरकार हाय 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 साड़ियां मंगा पूरियां करो पूरियां करो पूरियां करो एनलिस्टमेंट पॉलिसी रद्द करो रद्द करो रद्द करो पक्के रोजगार का प्रबंध करो। दसूहा विच अज जल सप्लाई ते सैनिटेशन कॉन्ट्रैक्ट वर्कर यूनियन विभाग दे मुलाजमा ने पिंड खेरा कोटली दी पानी वाली टैंकी उपर चढ़ के कीता रोस प्रदर्शन। इस मौके पत्रकारा नाल गलबात करदे बलविंदर सिंह प्रधान ने विस्तार नाल जानकारी दिती कि विभागी मुखी वल्लों ठेका कामियां नूं किरत कानून तहत उर्जरा देन दे दायरे तो बाहर करन दीआं वर्कर विरोधियां नीतियां लागू करन दीआं कोशिशां कीतियां जा रहीआं हन, जिस कारण ही विभाग दे ठेका कामियां नूं 3-4 महीनियां तो वादू काम कराउन दे मेहनताने दे फंड नहीं दिते जा रहे। उथे इस दे नाल ही किरत कमिश्नर पंजाब सरकार दे पत्र मुताबक पिछले 2 साल दा कामियां दा बंदा एरियर भी नहीं दिता जा रहा, जिस संबंधी कामियां दी उपरोक्त मंगां दा हल करन लई जथेबंदी वल्लों कई बार मंग पत्र भी भेजे गए, जिन्हां नूं अनदेखा करके रद्दी दी टोकरी विच सुट दिता जांदा है अते जान बुझ के कामियां नूं संघर्ष करन लई मजबूर कीता जा रहा है, जदों कि संबंधित विभाग दे प्रिंसीपल एम्पलायर दी जिम्मेवारी बनती है कि कामियां दी हक्की जायज मंगां दा हल कीता जावे। उन्हां कहा कि जिस विभाग दे ठेका मुलाजम दे रुके हुए मेहनताने दे फंड जारी करन किरत कानून तहत वर्करां दा 2 साल दा बकाया एरियर देन ते घट्टो घट उर्जरा च होए वादू लागू करन आदि मंगां दा हल ना होण ते मजबूरी वस उन्हां नूं पानी वाली टैंकी उपर चढ़ना पिया, जिस दौरान किसी भी तरह का जानी जां माली नुकसान होने की जिम्मेवारी विभागी मुखी जस्टिस विभाग मोहाली दे पंजाब सरकार दी होवेगी। ਕਿਹੜੀਆਂ ਮੰਗਾਂ ਕਰਕੇ ਤੁਸੀਂ ਅੱਜ ਟੈਂਕੀ ਦੇ ਉੱਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ? ਮੈਂ ਬਲਵਿੰਦਰ ਸਿੰਘ ਬ੍ਰਾਂਚ ਪ੍ਰਧਾਨ ਸੂਹਾ ਜ਼ਿਲ੍ਹਾ ਸੀਨੀਅਰ ਮੇਅਰ ਪ੍ਰਧਾਨ, ਅੱਜ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਮਨਵਾਉਣ ਦੇ ਲਈ ਅੱਜ ਸਾਡਾ ਸੂਬਾ ਕਮੇਟੀ ਦਾ ਜਿਹੜਾ ਫੈਸਲਾ ਸੀ ਟੈਂਕੀਆਂ 'ਤੇ ਚੜ੍ਹਨ ਦਾ, ਉਹਦੇ ਮੁਤਾਬਕ ਅੱਜ ਦਸੂਹਾ ਬ੍ਰਾਂਚ ਦੇ ਵਿੱਚ ਸਾਥੀ ਟੈਂਕੀਆਂ 'ਤੇ ਚੜ੍ਹੇ ਹੋਏ ਆ। ਹਰੇਕ ਜ਼ਿਲ੍ਹੇ 'ਚ ਹਰੇਕ ਪੂਰੇ ਪੰਜਾਬ ਦੇ ਵਿੱਚ ਹਰੇਕ ਟੈਂਕੀ ਦੇ ਸਾਥੀ ਚੜ੍ਹੇ ਹੋਏ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਮਨਾਉਣ ਦੇ ਲਈ, ਜੋ ਕਿ ਪ੍ਰਸ਼ਾਸਨ ਪਿਛਲੇ ਲੰਮੇ ਸਮੇਂ ਤੋਂ ਸਾਡੀਆਂ ਮੰਗਾਂ ਨਹੀਂ ਮੰਨਦਾ ਅਤੇ ਸਕੀਮਾਂ ਦਾ ਜਿਹੜਾ ਪੰਚਾਇਤੀਕਰਨ ਅਤੇ ਨਿੱਜੀਕਰਨ ਧੱਕੇ ਨਾਲ ਕੀਤਾ ਜਾ ਰਿਹਾ। ਸਾਡੀਆਂ ਜਿਹੜੇ ਸਾਡੇ ਘੱਟੋ ਘੱਟ ਸਾਨੂੰ ਜਿਹੜੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ, ਸਾਡੇ ਕੋਲ 5-5 ਪੋਸਟਾਂ ਦਾ ਕੰਮ ਇੱਕ ਇੱਕ ਪੋਸਟ 'ਤੇ ਲਿਆ ਜਾ ਰਿਹਾ, ਬਹੁਤ ਧੱਕਾ ਹੋ ਰਿਹਾ ਵਰਕਰਾਂ ਨਾਲ, ਔਰ ਸਾਡਾ ਜਿਹੜਾ 2 ਸਾਲ ਦਾ ਰੁਕਿਆ ਏਰੀਅਰ ਆ ਅਤੇ ਉਹ ਵੀ ਨਹੀਂ ਸਾਨੂੰ ਦਿੱਤਾ ਜਾ ਰਿਹਾ, ਔਰ ਕਿਰਤ ਕਾਨੂੰਨ ਦੇ ਮੁਤਾਬਕ ਜਿਹੜੀ ਸਾਡੀ ਤਨਖਾਹ ਬਣਦੀ ਆ 25,010 ਰੁਪਈਏ ਉਹ ਵੀ ਸਾਡੇ 'ਤੇ ਲਾਗੂ ਨਹੀਂ ਕੀਤੀ ਜਾ ਰਹੀ, ਔਰ 415 ਰੁਪਏ ਸਾਡੀ ਤਨਖਾਹ ਦੇ ਵਿੱਚ ਜਿਹੜਾ ਵਾਧਾ ਹੋਇਆ, ਔਰ ਸਾਡਾ ਜਿਹੜਾ ਵਿਭਾਗ ਦਾ HOD ਆ ਉਹ ਸਾਡੀ ਤਨਖਾਹ ਵਧਾਉਣ ਨੂੰ ਤਿਆਰ ਨਹੀਂ ਹੈਗਾ, ਜਿਹਦੇ ਸੰਬੰਧ ਵਿੱਚ ਅਸੀਂ ਅੱਜ ਆਪਣੀਆਂ ਜਾਨਾਂ ਹਥੇਲੀ 'ਚ ਰੱਖ ਕੇ ਟੈਂਕੀਆਂ 'ਤੇ ਚੜ੍ਹੇ ਹਾਂ। ਅਤੇ ਸਰਕਾਰ ਨਾਲ ਜਾਂ ਕੋਈ ਗੱਲਬਾਤ ਹੋਈ, ਪ੍ਰਸ਼ਾਸਨ ਨਾਲ ਗੱਲਬਾਤ ਹੋਈ? ਜੇ ਦੇਖੋ ਜੀ, ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਜਿੱਦਾਂ ਅਕਾਲੀ ਭਾਜਪਾ ਦੀ ਸਰਕਾਰ ਰਹੀ ਆ, ਕੈਪਟਨ ਦੀ ਕਾਂਗਰਸ ਸਰਕਾਰ ਰਹੀ ਆ, ਉਹ ਭਾਵੇਂ ਮੰਗਾਂ 'ਤੇ ਨਹੀਂ ਮੰਨਦੇ ਸੀ ਪਰ ਜਿਹੜਾ ਮੀਟਿੰਗ ਦਾ ਸਮਾਂ ਜਿਹੜਾ ਵਰਕਰਾਂ ਨੂੰ ਮਿਲਦੇ ਜ਼ਰੂਰ ਸੀ। ਇਹ ਜਿਹੜੀ ਸਰਕਾਰ ਆ ਉਹਨਾਂ ਨੂੰ ਵੀ ਗਈ ਅਤੇ ਗੁਜਰੀ ਨਿਕੰਮੀ ਸਰਕਾਰ ਆ, ਇਹ 5-6 ਵਾਰੀ ਜਿਹੜੀ ਮੀਟਿੰਗ ਦਿੱਤੀ ਇਹਨਾਂ ਨੇ ਔਰ ਮੀਟਿੰਗ ਤੋਂ ਭੱਜਿਆ, ਇੱਕ ਵਾਰ ਵੀ ਜਿਹੜੀ ਸਾਡੇ ਜੋ ਵਰਕਰਾਂ ਦਾ ਮੀਟਿੰਗ ਨਹੀਂ ਕੀਤੀ ਔਰ ਇੱਕ ਵਾਰ ਵੀ ਸਾਡੀ ਸਾਰ ਨਹੀਂ ਲਈ ਇਹਨਾਂ ਨੇ। ਅੱਗੇ ਕੀ ਤੁਹਾਡੀ ਜੇਕਰ ਨਹੀਂ ਮੰਗਾਂ ਮੰਨੀਆਂ ਤਾਂ ਕਿਦਾਂ? ਜੇ ਸਾਡੀਆਂ ਹੱਕੀ ਅਤੇ ਜਾਇਜ਼ ਮੰਗਾਂ ਨਾ ਮੰਨੀਆਂ, ਆਪਾਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਸਾਡਾ ਜਿਹੜਾ ਸੂਬਾ ਕਮੇਟੀ ਦਾ ਜਿਹੜਾ ਅਗਲਾ ਐਕਸ਼ਨ ਆਊਗਾ, ਜੇ ਸਾਨੂੰ ਰਾਤ ਵੀ ਟੈਂਕੀਆਂ 'ਤੇ ਗੁਜ਼ਾਰਨੀ ਪਈ ਤਾਂ ਗੁਜ਼ਾਰਾਂਗੇ, ਜੇ ਸਾਨੂੰ ਟੈਂਕੀਆਂ ਤੋਂ ਛਾਲਾਂ ਮਾਰਨ ਦਾ ਵੀ ਆਰਡਰ ਅਤੇ ਅਸੀਂ ਛਾਲਾਂ ਮਾਰਨ ਨੂੰ ਵੀ ਟੈਂਕੀਆਂ ਤੋਂ ਤਿਆਰ ਹਾਂ, ਕਿਉਂਕਿ ਘਰ ਦੇ ਚੁੱਲ੍ਹੇ ਜਿਹੜੇ ਉਹ ਬੁੱਝ ਚੁੱਕੇ ਆ। ਸਰਕਾਰ ਸਾਡਾ ਜਿਹੜਾ ਰੁਕਿਆ ਏਰੀਅਰ ਨਹੀਂ ਦੇ ਰਹੀ ਅਤੇ 415 ਰੁਪਏ ਤਨਖਾਹ 'ਚ ਵਾਧਾ ਹੋਇਆ ਉਹ ਨਹੀਂ ਦੇਣ ਦੀ, 7 ਤਰੀਕ ਤੋਂ ਪਹਿਲੇ ਸਾਡੀ ਜਿਹੜੀ ਤਨਖਾਹ ਨਹੀਂ ਪਾਉਂਦੇ ਔਰ ਘੱਟੋ ਘੱਟ 5-5 ਪੋਸਟਾਂ 'ਤੇ ਸਾਡੇ ਕੋਲ ਜਿਹੜਾ ਕੰਮ ਲੈ ਰਹੇ ਆ।